ਕਿਸਾਨ ਭਰਾ ਉਹ ਸਤਿ ਸ਼੍ਰੀ ਅਕਾਲ। ਜ਼ਿਆਦਾ ਭਾਰੀ ਬਾਰਿਸ਼ ਹੋਣ ਤੋਂ ਬਾਅਦ ਨਰਮੇ ਦੀ ਫਸਲ ਨੂੰ ਕਾਫੀ ਧੱਕਾ ਲੱਗਦਾ। ਕਾਫੀ ਵੱਡੇ ਏਰੀਏ ਦੇ ਵਿੱਚ ਬਾਰਿਸ਼ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ, ਕਾਫੀ ਏਰੀਆ ਦੇ ਵਿੱਚ ਨਰਮਿਆਂ ਦੇ ਵਿੱਚ ਪਾਣੀ ਖੜਾ ਵੀ ਹੈ, ਅਤੇ ਕੁਛ ਜਿਹੜੇ ਉੱਚੇ ਨੀਵੇਂ ਇਲਾਕੇ ਹੁੰਦੇ ਆ ਉਹਨਾਂ ਦੇ ਵਿੱਚ ਜ਼ਮੀਨਾਂ ਉੱਚੀਆਂ ਨੀਵੀਆਂ ਹੋਣ ਕਰਕੇ ਪਾਣੀ ਨਰਮਿਆਂ 'ਚੋਂ ਜੀਰ ਜਾਂਦਾ, ਨੀਵੀਆਂ ਜ਼ਮੀਨਾਂ ਦੇ ਵਿੱਚ ਭਰ ਜਾਂਦਾ ਹੈ। ਇਸ ਕਰਕੇ ਵੀ ਨਰਮੇ ਦੀ ਫਸਲ ਸਾਰੀ ਸਾਰੀ ਤਬਾਹ ਹੋ ਸਕਦੀ ਹੈ। ਇਸ ਹੀ ਗੱਲਬਾਤ 'ਤੇ ਆਪਾਂ ਇੱਕ ਨਜ਼ਰ ਮਾਰਦੇ ਹਾਂ, ਝਾਤ ਮਾਰਦੇ ਹਾਂ ਵੀ ਇਸ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਨੁਕਸਾਨ ਝੱਲ ਕੇ ਅਤੇ ਬਾਕੀ ਰਹਿੰਦੀ ਫਸਲ ਨੂੰ ਬਚਾ ਸਕਦੇ ਹਾਂ। ਇੱਕ ਤੁਸੀਂ ਇਹਦੇ ਵਿੱਚ ਕੰਮ ਕਰਨਾ ਉਹ ਤੁਸੀਂ ਆਪ ਹੀ ਔਲਰੇਡੀ ਇਹਦੇ ਵਿੱਚ ਪਹਿਲਾਂ ਜਾਣਦੇ ਹੋ, ਪਰ ਸੇਮ ਵਾਲੇ ਇਲਾਕੇ ਜਿਨ੍ਹਾਂ ਦੇ ਵਾਟਰ ਲੈਵਲ ਹੋਰ ਵੀ ਉੱਚੇ ਹੋ ਜਾਂਦੇ ਆ, ਪਹਿਲਾਂ ਹੀ ਉੱਚੇ ਹੁੰਦੇ ਆ, ਉੱਥੇ ਇਹ ਤਰੀਕਾ ਥੋੜ੍ਹਾ ਵਰਤਿਆ ਨਹੀਂ ਜਾ ਸਕਦਾ, ਉੱਥੇ ਇਹ ਤਰੀਕਾ ਅਸਫਲ ਹੋ ਜਾਂਦਾ। ਪਰ ਜਿੱਥੇ ਜ਼ਮੀਨਾਂ ਪਾਣੀ ਪੀਂਦੀਆਂ ਜਾਂ ਬਰੇਤੀ ਨੇੜੇ ਆ, ਪਾਣੀ ਦਾ ਲੈਵਲ ਵੀ ਨੇੜੇ ਆ ਪਰ ਸੇਮ ਦਾ ਇਲਾਕਾ ਨਹੀਂ ਹੈ, ਉੱਥੇ ਆਪਾਂ ਆਪਣੇ ਖੇਤ ਦੇ ਅਨੁਸਾਰ ਫੈਸਲਾ ਲੈ ਲੈਣਾ ਕਿ ਖੇਤ ਦੇ ਵਿੱਚ ਰਹਿੰਦੀ ਫਸਲ ਨੂੰ ਕਿਵੇਂ ਬਚਾਇਆ ਜਾ ਸਕੇ। ਥੋੜ੍ਹੀ ਜਿਹੀ ਫਸਲ ਖਰਾਬ ਕਰਨੀ ਹੈ, 1 ਕਿੱਲੇ ਮਗਰ 10 ਮਰਲੇ ਤੁਸੀਂ ਖਰਾਬ ਕਰਨੇ ਆ। ਉਹਦੇ ਵਿੱਚ ਕੀ ਹੈ ਕਿ JCB ਨਾਲ ਟੋਆ ਪਟਾ ਕੇ ਰਹਿੰਦਾ ਪਾਣੀ ਉਹਦੇ ਵਿੱਚ ਮੂਵ ਕਰਾਉਣਾ, ਅਤੇ ਬੋਕੀਆਂ ਦੇ ਨਾਲ ਬਰੇਤੀ ਦੇ ਉੱਪਰ ਤੁਸੀਂ ਲੈਵਲ ਕਰ ਦੇਣਾ ਕਿ ਪਾਣੀ ਸਾਰਾ ਜੀਰ ਜਾਵੇ। ਉਸ ਤੋਂ ਬਾਅਦ 1-2 ਦਿਨਾਂ ਦੇ ਵਿੱਚ ਹੀ ਤੁਸੀਂ ਨਹਿਰੀ ਪਾਣੀ ਜਾਂ ਮੋਟਰ ਦੇ ਪਾਣੀ ਦਾ ਪ੍ਰਬੰਧ ਕਰਨਾ ਪਊਗਾ, ਗਿੱਲੇ ਗਿੱਲੇ ਪਾਣੀ ਦੇ ਵਿੱਚ ਲਾਉਣਾ ਪਊਗਾ। ਤਾਂ ਉਸੇ ਪਾਣੀ ਦੇ ਨਾਲ ਤੁਸੀਂ ਖਾਦਾਂ ਵੀ ਦੇ ਸਕਦੇ ਹੋ, ਯੂਰੀਆ ਖਾਦ 15 ਕਿੱਲੇ ਦੀ ਦੇਣੀ ਹੈ, ਤਾਂ ਕਿ ਜ਼ਿਆਦਾ ਭਾਰੀ ਬਾਰਿਸ਼ ਹੋਣ ਤੋਂ ਬਾਅਦ ਜਿਹੜੇ ਤੱਤ ਜ਼ਮੀਨ 'ਚੋਂ ਨਿਕਲ ਕੇ ਗਏ ਹੈ, ਕਿਉਂਕਿ BT ਨਰਮਾ ਹੈ, ਇਹਦੀ ਜੜ੍ਹ ਕੋਈ ਜ਼ਿਆਦਾ ਵੱਡੀ ਨਹੀਂ ਹੁੰਦੀ, ਇਹਦੀ ਜੜ੍ਹ ਦੇ ਵਿੱਚ ਕੋਈ ਜ਼ਿਆਦਾ ਪੋਟੈਂਸ਼ੀਅਲ ਨਹੀਂ ਹੁੰਦਾ ਕਿ ਇੰਨਾ ਜ਼ਿਆਦਾ ਫਰੂਟ ਲੈਣ ਤੋਂ ਬਾਅਦ ਵੀ ਇਹ ਖਾਣੇ ਨੂੰ ਸਟੋਰ ਰੱਖੇ। ਇਹਨੂੰ ਥੋੜ੍ਹੀ ਜਿਹੀ ਘਾਟ ਆਉਣ 'ਤੇ ਬੂਟਾ ਮਰਨਾ ਸ਼ੁਰੂ ਹੋ ਜਾਂਦਾ, ਬਹੁਤ ਨਾਜ਼ੁਕ ਬੂਟਾ ਹੁੰਦਾ, ਦੇਸੀ ਨਰਮੇ ਦੇ ਮੁਕਾਬਲੇ ਇਹ ਬਹੁਤ ਜ਼ਿਆਦਾ ਸੋਹਲ ਹੁੰਦਾ। ਇਹਨੂੰ ਖੁਰਾਕਾਂ ਦਾ ਪ੍ਰਬੰਧ ਆਪਾਂ ਨੂੰ ਕਰਕੇ ਦੇਣਾ ਪੈਂਦਾ, ਅਤੇ ਫੋਲੀਅਰ ਦੇ ਵਿੱਚ ਵੀ ਤਾਂ ਉੱਪਰ ਸਪਰੇਹਾਂ ਤੁਸੀਂ ਕਰਨੇ, ਕਿਉਂਕਿ ਸਪਰੇਹਾਂ ਮੈਂ ਇਸ ਕਰਕੇ ਕਹਿਣਾ ਬਾਕੀ ਫਸਲਾਂ ਦੇ ਸਪਰੇਹਾਂ ਦਾ ਰਿਜ਼ਲਟ ਆਵੇ ਨਾ ਆਵੇ ਨਰਮੇ ਦੇ ਉੱਪਰ ਇਸ ਕਰਕੇ ਆਉਂਦਾ ਕਿਉਂਕਿ ਇੱਕ ਤਾਂ ਇਹਦੇ ਪੱਤਾ ਹੁੰਦਾ ਜ਼ਿਆਦਾ ਆ, ਇੱਕ ਪੱਤੇ ਦਾ ਏਰੀਆ ਬਹੁਤ ਜ਼ਿਆਦਾ ਹੁੰਦਾ, 20-20 ਸਕੇਅਰ ਮੀਟਰ ਦੇ ਵੀ ਸਕੇਅਰ ਇੰਚ ਦਾ ਵੀ ਇਹਦੇ ਉੱਪਰ ਜਗ੍ਹਾ ਹੁੰਦੀ ਹੈ, 15 ਸਕੇਅਰ ਇੰਚ ਦੀ ਵੀ ਜਗ੍ਹਾ ਦੇਖੀ ਗਈ ਹੈ। ਪਰ ਤੁਸੀਂ ਇੱਕ ਕੰਮ ਨੋਟ ਕਰਨਾ, ਜਿਹੜੀਆਂ ਸਪਰੇਹਾਂ ਕਰਨੀਆਂ ਉਹਦੇ ਵਿੱਚ ਗਲਤੀ ਨਹੀਂ ਕਰਨੀ ਹੈਗੀ। ਬਹੁਤੇ ਭਰਾ ਮੈਂ ਦੇਖ ਰਿਹਾ ਕਿ ਸਪਰੇਹਾਂ ਦੇ ਵਿੱਚ ਗਲਤੀ ਕੀ ਕਰਦੇ ਆ ਕਿ ਜਦੋਂ ਤੁਸੀਂ ਸਪਰੇਅ ਦਾ ਘੋਲ ਤਿਆਰ ਕਰਦੇ ਹੋ, ਇੱਕ ਡਰੰਮ ਦੇ ਵਿੱਚ ਤੁਸੀਂ ਗਨ ਚਲਾਤੀ, ਭਾਵੇਂ ਤੁਸੀਂ ਵਾਪਸੀ ਵਾਲੀ ਪੈਪ ਜਾਂ ਦਵਾਈ ਘੋਲਣ ਵਾਲੀ ਪੈਪ ਚਲਾਤੀ, ਉਦੋਂ ਬਾਅਦ ਸਾਰੀਆਂ ਸਪਰੇਹਾਂ ਧੜਾ ਧੜ ਪੈਕਟ ਡਰੰਮ ਦੇ ਵਿੱਚ ਖੋਲ੍ਹੀ ਜਾਂਦੇ ਹੋ, ਇਹ ਬਹੁਤ ਹੀ ਗਲਤ ਅਤੇ ਅਨਕੋਸ਼ੀਅਸ ਤਰੀਕਾ ਹੈਗਾ। ਜੇਕਰ ਤੁਸੀਂ ਥੋੜ੍ਹੇ ਜਿਹੇ ਵੀ ਸੁਲਝੇ ਹੋਏ ਕਿਸਾਨ ਹੋ ਤਾਂ ਤੁਸੀਂ ਵੀ ਇਸ ਗੱਲ ਨੂੰ ਰੀਅਲਾਈਜ਼ ਕਰੋਗੇ ਕਿ ਤੁਹਾਡੇ ਲਾਏ ਹੋਏ ਪੈਸਾ ਦਾ ਰਿਜ਼ਲਟ ਤਾਂ ਤੁਹਾਨੂੰ ਮਿਲਣਾ ਚਾਹੀਦਾ ਘੱਟੋ ਘੱਟ, ਜੇਕਰ ਤੁਸੀਂ ਸਹੀ ਚੀਜ਼ ਖਰੀਦੀ ਹੈ। ਅਤੇ ਉਹਨੂੰ ਵਰਤਣ ਦਾ ਤਰੀਕਾ ਤੁਸੀਂ ਕਿਉਂ ਗਲਤ ਵਰਤ ਰਹੇ ਹੋ, ਉਸ ਨੂੰ ਵਰਤਣ ਦਾ ਸਹੀ ਤਰੀਕਾ ਇਹੀ ਹੈ ਕਿ 1 50 ਲੀਟਰ ਵਾਲਾ ਡਰੰਮ ਲਓ, 20-50 ਲੀਟਰ ਵਾਲਾ, ਉਹਦੇ ਵਿੱਚ ਤੁਸੀਂ ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਪੈਸਟੀਸਾਈਡ ਘੋਲ ਕੇ ਵੱਡੇ ਡਰੰਮ ਦੇ ਵਿੱਚ ਮਿਕਸ ਕਰੀ ਚੱਲੋ, ਕਿਉਂਕਿ ਜਿਹੜੇ ਕਿਸਾਨ ਛੋਟੀਆਂ ਡਰੰਮੀਆਂ ਨਾਲ ਸਪਰੇਅ ਕਰਦੇ ਆ, ਹੱਥਾਂ ਵਾਲੀਆਂ ਡਰੰਮਾਂ ਨਾਲ ਤਾਂ ਅੱਜ ਕੱਲ੍ਹ ਸਪਰੇਅ ਬਹੁਤ ਘੱਟ ਹੁੰਦੀ ਹੈ ਨਰਮੇ 'ਤੇ, ਜਾਂ ਤਾਂ ਇੰਜਨ ਵਾਲੇ ਭੁੰਡੀਆਂ ਨਾਲ ਸਪਰੇਅ ਹੁੰਦੀ ਹੈ, ਅਤੇ ਜਾਂ ਵੱਡੇ ਟਰੈਕਟਰਾਂ ਵਾਲੇ ਪੰਪ ਆ ਜਿਹੜੇ 1000-1000 ਲੀਟਰ ਦੇ, 500-500 ਲੀਟਰ ਦੇ, ਉਹਨਾਂ ਦੇ ਨਾਲ ਸਪਰੇਅ ਹੁੰਦੀ ਆ। ਉਹਨਾਂ ਦੇ ਵਿੱਚ ਸਪਰੇਅ ਤਿਆਰ ਘੋਲ ਕਰਨਾ ਕੋਈ ਵਾਹਲੀ ਵੱਡੀ ਗੱਲ ਨਹੀਂ, ਸੌਖੀ ਗੱਲ ਹੈਗੀ ਹੈ, ਤਿਆਰ ਕਰ ਕੀਤਾ ਜਾ ਸਕਦਾ, ਸਾਈਡ 'ਤੇ ਘੋਲ ਤਿਆਰ ਕਰਕੇ ਡਰੰਮ ਦੇ ਵਿੱਚ ਚੱਕ ਕੇ ਡਰੰਮ ਆਟੋਮੈਟਿਕ ਉਹਦੇ ਵਿੱਚ ਮਿਕਸ ਕਰ ਲੈਂਦਾ। ਪਰ ਜਦੋਂ ਛੋਟੀਆਂ ਢੋਲੀਆਂ ਦੇ ਨਾਲ ਸਪਰੇਅ ਕਰਨੀ ਹੁੰਦੀ ਹੈ ਤਾਂ ਮੈਂ ਦੇਖ ਰਿਹਾ ਕਿ 1 5 ਲੀਟਰ ਦੀ ਬਾਲਟੀ ਜਾਂ 2 ਲੀਟਰ ਵਾਲੀ ਪੈਪਸੀ ਦੀ ਬੋਤਲ ਦੇ ਵਿੱਚ ਹੀ ਸਾਰੀ ਦਵਾਈ ਘੋਲ ਲੈਂਦਾ ਫਾਰਮਰ, ਉਹਦੀਆਂ ਫਿਰ 10 ਢੋਲੀਆਂ ਦੇ ਵਿੱਚ 2 ਜ ਵੰਡ ਰਿਹਾ ਹੁੰਦਾ। ਇੱਥੇ ਜਾ ਕੇ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ, ਅਣਘੁਲਣਸ਼ੀਲ ਦਵਾਈ ਤੁਹਾਡੇ ਪੰਪ ਨੂੰ ਵੀ ਖਰਾਬ ਕਰ ਸਕਦੀ ਆ, ਅਤੇ ਜੇਕਰ ਉਹ ਦਵਾਈ ਫਟ ਗਈ ਜਾਂ ਚੰਗੀ ਤਰੀਕੇ ਨਾਲ ਨਹੀਂ ਘੁਲੀ ਤਾਂ ਪੱਤਿਆਂ ਦੇ ਉੱਪਰ ਬਰਨਿੰਗ ਵੀ ਹੋ ਸਕਦੀ ਆ। ਹੁਣ ਇਹਦਾ ਤੁਹਾਡੀ ਸਪਰੇਅ ਦੇ ਨਾਲ ਜੁੜਿਆ ਹੋਇਆ ਪੁਆਇੰਟ ਸੀਗਾ। ਅਤੇ ਇੱਕ ਇਹਦੇ ਨਾਲ ਹੋਰ ਜ਼ਰੂਰੀ ਗੱਲ ਕਰਨੀ ਵੀ ਆਪਾਂ ਤਾਕਤ ਦੀ ਸਪਰੇਅ ਦੇ ਵਿੱਚ ਦੇਣਾ ਕੀ ਆ, ਆਪਾਂ ਫੰਗੀਸਾਈਡ ਨਹੀਂ ਦੇਣਾ ਹੈਗਾ, ਆਪਾਂ ਕੋਈ ਤੇਲੇ ਵਾਲੀ ਦਵਾਈ ਦੀ ਜ਼ਰੂਰਤ ਨਹੀਂ ਹੈਗੀ, ਇਹਨੂੰ ਤੱਤਾਂ ਦੀ ਸਪਰੇਅ ਕਰਨੀ ਹੈ। ਕਿਹੜੇ ਕਿਹੜੇ ਤੱਤਾਂ ਦੀ ਘਾਟ? ਮੀਂਹ ਪੈਣ ਤੋਂ ਬਾਅਦ ਜ਼ਿਆਦਾ ਆਉਂਦੀ ਆ, ਯੂਰੀਆ ਦੀ ਘਾਟ ਆਉਂਦੀ ਹੈ ਜ਼ਮੀਨਾਂ ਰੇਤਲੀਆਂ ਦੇ ਵਿੱਚ, ਡਾਕਰ ਜ਼ਮੀਨਾਂ ਦੇ ਵਿੱਚ ਇੰਨੀ ਜ਼ਿਆਦਾ ਯੂਰੀਆ ਦੀ ਘਾਟ ਨਹੀਂ ਆਉਂਦੀ, ਜਿੱਥੇ ਝੋਨੇ ਵਾਲੀਆਂ ਜ਼ਮੀਨਾਂ ਜਾਂ ਜਿਹੜੀਆਂ ਮਿੱਟੀਆਂ ਪਾਣੀ ਨੂੰ ਫੜ ਕੇ ਰੱਖਦੀਆਂ, ਮਿੱਟੀ ਦੇ ਵਿੱਚ ਸੈੱਲ ਬਣਾਈ ਰੱਖਦੀਆਂ, ਉੱਥੇ ਇੰਨੀ ਜ਼ਿਆਦਾ ਘਾਟ ਯੂਰੀਆ ਦੀ ਨਹੀਂ ਆਉਂਦੀ। ਪਰ ਫਿਰ ਵੀ ਤੁਸੀਂ ਹਲਕੀ ਮਾਤਰਾ ਪਾਣੀ ਦੇ ਮੁਤਾਬਕ 1%, ਜੇ 100 ਲੀਟਰ ਲਾ ਰਹੇ ਹੋ ਤਾਂ 1 ਕਿਲੋ, ਜੇ 150 ਲੀਟਰ ਲਾ ਰਹੇ ਹੋ ਤਾਂ 1.5 ਕਿਲੋ ਤੁਸੀਂ ਦੇ ਸਕਦੇ ਹੋ ਕਿਸੇ ਵੀ ਸਪਰੇਅ ਦੇ ਨਾਲ, ਕੋਈ ਚੱਕਰ ਵਾਲੀ ਗੱਲ ਨਹੀਂ। ਅਤੇ ਨਾਲ ਤੁਸੀਂ ਪੋਟਾਸ਼ੀਅਮ ਨਾਈਟ੍ਰੇਟ 13045 ਵਧੀਆ ਕੰਪਨੀ ਦੀ ਲੈ ਕੇ ਵਰਤ ਲੈ ਲੈਣੀ ਹੈ, ਉਹਦੇ ਨਾਲ ਚਿਲੇਟਡ ਜ਼ਿੰਕ ਯੂਜ਼ ਕਰ ਸਕਦੇ ਹੋ, ਅਤੇ ਸਲਫਰ ਜ਼ਰੂਰ ਯੂਜ਼ ਕਰਨੀ ਆ, ਭਾਵੇਂ ਲਿਕੁਇਡ ਸਲਫਰ ਯੂਜ਼ ਕਰੋ 48% ਜਾਂ 58% ਵਾਲੀ, ਜੋ ਵੀ ਲਿਕੁਇਡ ਸਲਫਰ ਆਉਂਦੀ ਹੈ 250 ਰੁਪਏ ਦਾ ਲੀਟਰ ਆ, ਅਤੇ 4 ਤੋਂ ਲੈ ਕੇ 6 ਕਿੱਲਿਆਂ ਦੇ ਵਿਚਾਲੇ ਉਹ ਹੋ ਜਾਂਦਾ, ਉਹਦਾ ਕਦੇ ਵੀ ਕੋਈ ਮਾੜਾ ਨੁਕਸਾਨ ਨਹੀਂ ਦੇਖਿਆ ਗਿਆ। ਉਹਦੇ ਕਰਕੇ ਤੁਹਾਡੇ ਨਰਮੇ ਦੀ ਫਸਲ ਦੇ ਵਿੱਚ ਬਣ ਰਹੇ ਟੀਂਡੇ ਦੇ ਵਿੱਚ, ਬੜੇਵੇਂ ਦੇ ਵਿੱਚ ਤੇਲ ਬਣਦਾ,
ਜਿਹੜਾ ਆਪਾਂ ਨੂੰ ਭਾਰ ਵਧਾਉਣ ਦੇ ਵਿੱਚ ਮਦਦ ਕਰਦਾ। ਪਰ ਜਿਹੜੇ ਖੇਤਾਂ ਦੇ ਵਿੱਚ ਸੀਵਰੇਜ ਦਾ ਪਾਣੀ ਲੱਗਦਾ, ਛੱਪੜਾਂ ਦਾ ਪਾਣੀ ਲੱਗਦਾ, ਜਾਂ ਜਿਨ੍ਹਾਂ ਨੇ ਨੀਚੇ ਜਿਪਸਮ ਪਾਇਆ ਜਾਂ ਰੂੜੀ ਖਾਦ ਪਾਈ ਆ ਜਾਂ ਵੈਸੇ ਵੀ ਸਲਫਰ ਪਾਈ ਆ, ਤਾਂ ਉਹ ਇਸ ਸਪਰੇ ਨੂੰ ਨਗਲੈਕਟ ਕਰ ਸਕਦੇ ਆ, ਕੋਈ ਚੱਕਰ ਵਾਲੀ ਗੱਲ ਨਹੀਂ। ਇਸ ਦੇ ਨਾਲ ਜ਼ਿਆਦਾ ਜਿਹੜੀਆਂ ਫੰਗੀਸਾਈਡ ਡਬਲ ਟੈਕਨੀਕਲ ਆ ਰਹੇ ਆ ਉਹ ਨਾ ਮਿਕਸ ਕਰੋ, ਜਾਂ ਇਹਦੇ ਨਾਲ ਤੇਲੇ ਵਾਲੀ ਦਵਾਈ ਵੀ ਮਿਕਸ ਨਾ ਕਰੋ। ਤੁਹਾਨੂੰ ਤਿੰਨ ਚੀਜ਼ਾਂ ਦੱਸੀਆਂ ਹੋਈਆਂ, 13045 ਕਰ ਸਕਦੇ ਹੋ। ਬੋਰਨ ਦਾ ਹੁਣ ਕੰਮ ਨਹੀਂ ਰਹਿ ਗਿਆ, ਫਸਲ ਅੱਧੋਂ ਵੱਧ ਉਮਰ ਲੈ ਚੁੱਕੀ ਹੈ, 125 ਦਿਨ ਦਾ ਨਰਮਾ ਹੋ ਚੁੱਕਿਆ। ਇਦੋਂ ਪਹਿਲਾਂ ਬੋਰਨ ਦੇਤੀ, ਠੀਕ ਆ, ਹੁਣ ਨਰਮੇ ਨੇ ਆਪਦੇ ਬੁਢਾਪੇ ਵੱਲ ਵਧਣਾ। ਜਿਵੇਂ ਜਿਵੇਂ ਇਹਦੇ 'ਤੇ ਫਲ ਆ ਰਿਹਾ ਸੀਗਾ ਉਵੇਂ ਉਵੇਂ ਆਪਾਂ ਇਹਨਾਂ ਨੂੰ ਖੁਰਾਕ ਦਿੰਦੇ ਰਹੇ ਹਾਂ, ਪਰ ਹੁਣ ਮੀਂਹ ਪੈਣ ਤੋਂ ਬਾਅਦ ਇੱਕ ਸਪੈਸ਼ਲ ਟ੍ਰੀਟਮੈਂਟ ਕਰਨਾ, ਜਿਹਦੇ ਵਿੱਚ ਰੇਤਲੀਆਂ ਜ਼ਮੀਨਾਂ ਦੇ ਵਿੱਚ ਸਲਫਰ ਅਤੇ ਯੂਰੀਆ ਚਿਲੇਟਡ ਜਿੰਕ ਅਤੇ 13045 ਚਾਰਾਂ ਦਾ ਘੋਲ ਬਣਾ ਕੇ ਸਪਰੇਅ ਕਰਨਾ। ਡਾਕਰ ਜ਼ਮੀਨਾਂ ਦੇ ਵਿੱਚ ਤੁਸੀਂ ਸਲਫਰ ਦੇ ਸਕਦੇ ਹੋ, ਪਰ 13045 ਦੇ ਨਾਲ ਯੂਰੀਆ ਵੀ ਦੇ ਸਕਦੇ ਹੋ, ਕੋਈ ਚੱਕਰ ਵਾਲੀ ਗੱਲ ਨਹੀਂ। ਜਿੰਕ ਜੇ ਤੁਸੀਂ ਪਹਿਲਾਂ ਦਿੱਤਾ ਹੋਇਆ ਤਾਂ ਨਾ ਦਿਓ, ਦਿਓਗੇ ਇੱਥੇ ਇੱਕ ਸਵਾਲ ਖੜ੍ਹਾ ਹੁੰਦਾ, ਬਹੁਤੇ ਵੀਰ ਕਹਿੰਦੇ ਸਾਡੇ ਨਰਮੇ ਦੀ ਹਾਈਟ ਬਹੁਤ ਜ਼ਿਆਦਾ ਆ, ਇਹ ਤਾਕਤ ਵਾਲੀ ਸਪਰੇਅ ਕਰਾਂਗੇ ਤਾਂ ਹਾਈਟ ਹੋਰ ਕਰੂਗਾ। ਹਾਈਟ ਕਰਨ ਦੀ ਉਮਰ ਹੁੰਦੀ ਆ ਜਦੋਂ ਉਹਨੂੰ ਉਦੋਂ ਸਾਰੀ ਤਾਕਤ ਹਾਈਟ ਕਰਨ ਵਾਸਤੇ ਮਿਲ ਜਾਂਦੀ ਆ, ਖਾਸ ਕਰਕੇ DAP ਆ, ਪੋਟਾਸ਼ ਆ, ਸਲਫਰ ਆ, ਕੈਲਸ਼ੀਅਮ ਆ, ਜਾਂ ਹੋਰ ਤੱਤ ਜਿਹੜੇ ਮਿੱਟੀ ਦੇ ਵਿੱਚ ਇਸ ਤਰ੍ਹਾਂ ਜਿਹੜੇ ਹਾਈਟ ਵਧਣ ਦੇ ਵਿੱਚ ਜੁੱਸਾ ਬਣਨ ਦੇ ਵਿੱਚ ਮਦਦ ਕਰਦੇ ਆ, ਉੱਥੇ ਵਿਰਲਾ ਨਰਮਾ ਲਾ ਲਿਆ ਕਰੋ ਜਾਂ ਨਰਮਾ ਵਿਰਲਾ ਕਰ ਲਿਆ ਕਰੋ। ਪਰ ਫਿਰ ਵੀ ਜੇ ਹੁਣ ਨਰਮਾ ਸੰਘਣਾ ਤਾਂ ਭਾਵੇਂ ਕੱਦ ਉਹਦਾ ਜ਼ਿਆਦਾ ਹੀ ਆ, ਪਰ ਤੁਸੀਂ ਇਹ ਤਾਕਤ ਵਾਲੀ ਸਪਰੇਅ ਕਰਨ ਤੋਂ ਪਿੱਛੇ ਨਹੀਂ ਹਟਣਾ। ਕੱਦ ਵਧੂਗਾ ਤਾਂ ਹੀ ਨਾਲ ਫਲ ਆਉਂਦਾ ਜਾਊਗਾ, ਕੱਦ ਕਿੱਥੋਂ ਕਿਤੇ ਜਾਊਗਾ, ਵੱਧ ਤੋਂ ਵੱਧ 11 ਫੁੱਟ ਚਲਾ ਜਾਊਗਾ ਨਾ। ਪਰ ਜੇ ਉਹ ਸੰਘਣਾ ਨਰਮਾ ਤਾਂ ਉਹਦੇ ਥੱਲੇ ਤਾਂ ਫਰੂਟ ਆਉਣਾ ਹੀ ਨਹੀਂ, ਉਹਦੇ ਜਿੱਥੇ ਹਵਾ ਲੱਗ ਰਹੀ ਆ ਉੱਪਰਲੇ 2.5-3-4 ਫੁੱਟ 'ਚ ਹੀ ਫਰੂਟ ਆਉਣਾ। ਇਸ ਗੱਲ ਨੂੰ ਦਿਮਾਗ 'ਚ ਰੱਖ ਕੇ ਇਹ ਸਪਰੇਅ ਤੁਸੀਂ ਕਰਨ ਤੋਂ ਚੁੱਕਣਾ ਨਹੀਂ ਹੈਗਾ, ਕਰਨੀ ਹੀ ਕਰਨੀ ਆ। ਇਹਦੇ ਨਾਲ ਇੱਕ ਹੋਰ ਜ਼ਿਆਦਾ ਜਿਹੜੇ ਸਵਾਲ ਆ ਰਹੇ ਆ ਕਿ ਜਿਹੜੇ ਨਰਮੇ ਦਾ ਝਾੜ ਵਧਾਉਣ ਦਾ ਕੀ ਤਰੀਕਾ, ਉਹ ਸਾਰੇ ਗਲਤ ਤਰੀਕੇ ਆ ਜੀ। ਜਿੰਨੀਆਂ ਵੀ ਹੋਰ ਤਰੀਕੇ ਦੀਆਂ ਮੈਂ ਦੇਖ ਰਿਹਾ ਸੋਸ਼ਲ ਮੀਡੀਆ 'ਤੇ ਵੀਡੀਓ ਪੈ ਰਹੀਆਂ, ਕੋਈ ਮੋਨੋ ਦੀ ਗੱਲ ਕਰ ਰਿਹਾ ਹੈਗਾ, ਕੋਈ ਕਲੋਰੋ ਦੀ ਗੱਲ ਕਰ ਰਿਹਾ, ਕੋਈ ਐਸੀਫੇਟ ਦੀ ਗੱਲ ਕਰ ਰਿਹਾ, ਜਿਹੜੀਆਂ ਚੀਜ਼ਾਂ ਨਰਮੇ ਨੂੰ ਕੱਚਾ ਕਰਦੀਆਂ। ਇਹ ਤੁਹਾਡੀਆਂ ਸਿਰਫ 8 ਦਿਨਾਂ 150 ਘੰਟਾ ਤੁਹਾਡੀਆਂ ਅੱਖਾਂ ਠੰਡੀਆਂ ਕਰ ਸਕਦੀਆਂ। ਇਹ ਸਪਰੇਹਾਂ ਤੁਹਾਨੂੰ ਲੰਮਾ ਟਾਈਮ ਰਿਜ਼ਲਟ ਨਹੀਂ ਦੇਣਗੀਆਂ। ਜਿਹੜੇ ਵੀਰ ਗਲਤ ਸਪਰੇਹਾਂ, ਅਨਰਿਕਮੈਂਡਡ ਸਪਰੇਹਾਂ ਵਾਹਣ ਨੂੰ ਜਿਹੜੀਆਂ ਸੂਟ ਨਹੀਂ ਕਰਦੀਆਂ, ਜਿਵੇਂ ਪੋਲੋ ਸਪਰੇਅ ਹੈਗੀ ਆ, ਤਾਂ ਜਿਹੜੇ ਉਹ ਰੇਤੇ ਵਾਲੀਆਂ ਜ਼ਮੀਨਾਂ ਦੇ ਵਿੱਚ ਜਾਂ ਖੁਸ਼ਕੀ ਦੇ ਵਿੱਚ ਸਪਰੇਅ ਹੁੰਦੀ ਹੈ, ਤਾਂ ਨਰਮੇ ਦੇ ਵਿੱਚੋਂ ਛਾਂਟ ਕੱਢਣ ਦੇ ਵਿੱਚ ਉਹਦਾ 80% ਰੋਲ ਹੁੰਦਾ। ਤੁਸੀਂ ਉਹਨਾਂ ਚੀਜ਼ਾਂ ਨੂੰ ਵਰਤੋ ਜਿਹੜੀਆਂ ਤੁਹਾਡੇ ਖੇਤ ਨੂੰ ਜ਼ਰੂਰੀ ਆ, ਚਾਹੀਦੀਆਂ, ਭਾਵੇਂ ਮਹਿੰਗੀਆਂ ਭਾਵੇਂ ਸਸਤੀਆਂ, ਉਹਦਾ ਕੋਈ ਮੈਟਰ ਨਹੀਂ ਕਰਦੀਆਂ। ਮਿਕਸਿੰਗ ਨਾ ਕਰੋ ਜ਼ਿਆਦਾ ਤੋਂ ਜ਼ਿਆਦਾ ਸਪਰੇਹਾਂ ਦੀ। ਜੇ ਤੁਹਾਡਾ ਮਨ ਬਣਿਆ ਹੋਇਆ ਕਿ ਤੁਸੀਂ ਇਹ ਚੀਜ਼ ਹਰ ਸਾਲ ਵਰਤ ਰਹੇ ਹੋ, ਤਾਂ ਉਸ ਨੂੰ ਤੁਸੀਂ ਰਿਜ਼ਲਟ ਦੇ ਤੌਰ 'ਤੇ ਅਪਣਾ ਚੁੱਕੇ ਹੋ, ਪਰਖ ਚੁੱਕੇ ਹੋ, ਤਾਂ ਤੁਸੀਂ ਆਪਣੇ ਖੇਤ ਮੁਤਾਬਕ ਉਹਦਾ ਫੈਸਲਾ ਲੈਣਾ ਕਿ ਜੇ ਕਰਨੀ ਹੈ ਤਾਂ ਉਹਨੂੰ ਅਲੱਗ ਕਰ ਲਓ, ਜੇ ਕੋਈ ਨਵੀਂ ਚੀਜ਼ ਦੀ ਸ਼ੁਰੂਆਤ ਕਰ ਰਹੇ ਹੋ ਤਾਂ ਤੁਸੀਂ ਥੋੜ੍ਹੇ ਥਾਂ ਦੇ ਵਿੱਚ ਪਹਿਲਾਂ ਟ੍ਰਾਇਲ ਕਰ ਲਓ। ਜਦੋਂ ਤੁਹਾਨੂੰ ਉਸ ਚੀਜ਼ ਦਾ ਰਿਜ਼ਲਟ ਸਾਰੇ ਖੇਤ ਦੇ ਵਿੱਚ ਮਿਲੂਗਾ, ਤਾਂ ਵਾਕਈ ਤੁਸੀਂ ਉਸ ਨੂੰ ਹਰ ਸਾਲ ਵਰਤੋਂਗੇ ਅਤੇ ਹੋਰਾਂ ਨਾਲ ਸਾਂਝੀ ਵੀ ਕਰੋਗੇ। ਇਹਨਾਂ ਦਿਨਾਂ ਵਿੱਚ ਜਿਹੜੀ ਜ਼ਿਆਦਾ ਮੁਸ਼ਕਲ ਆਉਂਦੀ ਆ, ਮੀਂਹ ਪੈਣ ਤੋਂ ਬਾਅਦ ਬੂਕੀ ਡਿੱਗਣ ਲੱਗ ਜਾਂਦੀ ਆ, ਉੱਪਰਲੇ ਟੂਸੇ ਪੀਲੇ ਪੈਣ ਲੱਗ ਜਾਂਦੇ ਆ, ਥੱਲੜੇ ਪੱਤੇ ਲਾਲ ਹੋਣ ਲੱਗ ਜਾਂਦੇ ਆ, ਜਦੋਂ ਤੁਸੀਂ ਬਾਰਿਸ਼ ਪੈਣ ਤੋਂ ਬਾਅਦ ਪਾਣੀ ਬੰਦ ਕਰ ਦਿੰਦੇ ਹੋ, ਖੁਰਾਕ ਬੰਦ ਕਰ ਦਿੰਦੇ ਹੋ, ਝਾਕੀ ਜਾਂਦੇ ਹੋ ਵੀ ਨਰਮਾ ਛਾਂਟ ਮਾਰਦਾ ਕਿ ਨਹੀਂ, ਨਰਮਾ ਕਿਵੇਂ ਕਰਦਾ, ਨਰਮੇ ਦੀ ਕੀ ਕੰਡੀਸ਼ਨ ਬਣ ਰਹੀ ਆ, 10 ਦਿਨ ਦਾ ਸਮਾਂ ਤੁਸੀਂ ਐਂ ਤਾਸ ਖੇਡ ਕੇ ਟਪਾ ਦਿੰਦੇ ਹੋ, ਤਾਂ ਫਿਰ ਤੁਹਾਡੇ ਨਰਮੇ ਦੇ ਵਿੱਚੋਂ ਛਾਂਟ ਨਿਕਲਣੀ ਹੀ ਨਿਕਲਣੀ ਆ। ਕਿਉਂਕਿ ਚੜ੍ਹਦੀ ਭਾਦੋਂ ਜਾਂ ਅੱਧੇ ਐਂਡ ਅਗਸਤ ਦੇ ਵਿੱਚ ਜਿਹੜੀ ਬਰਸਾਤ ਹੁੰਦੀ ਆ, ਉਦੋਂ ਬਾਅਦ ਜਿਹੜੀ ਮਿਡ ਸਤੰਬਰ ਸਟਾਰਟਿੰਗ ਸਤੰਬਰ ਦੇ ਵਿੱਚ ਬਰਸਾਤ ਦੁਬਾਰਾ ਹੋਣੀ ਆ, ਤਾਂ ਉਹਨੇ ਸਾਰੇ ਦੇ ਸਾਰੇ ਹੀ ਤੱਤਾਂ ਦੀ ਘਾਟ ਤੁਹਾਡੇ ਨਰਮੇ 'ਚ ਕਰ ਦੇਣੀ ਹੈ। ਫਿਰ ਭਾਵੇਂ ਤੁਸੀਂ ਇਹਨੂੰ ਦੇਸੀ ਘਿਓ ਲਾ ਦਿਓ ਇਕੱਲੇ ਇਕੱਲੇ ਬੂਟੇ ਨੂੰ, ਫਿਰ ਵੀ ਨਹੀਂ ਇਹਨਾਂ ਨੇ ਬਚਣਾ ਹੈਗਾ, ਕਿਉਂਕਿ ਉਦੋਂ ਤਾਂ ਉਹਦਾ ਜੁੱਸਾ ਹੀ ਖਤਮ ਹੋਣ ਲੱਗ ਜਾਂਦਾ ਨਾ, ਕਿਉਂਕਿ ਖੁਰਾਕ ਵੀ ਉਸ ਬੰਦੇ ਦੀ ਪਚਦੀ ਜਿਹੜੀ ਅੰਦਰੋਂ ਸਿਹਤ ਚੰਗੀ ਹੋਵੇ। ਤੁਸੀਂ ਖੁਰਾਕੀ ਤੱਤਾਂ ਦੀ ਸਪਰੇਅ ਕਰੋਗੇ, ਉਹਨਾਂ ਦਾ ਰਿਜ਼ਲਟ ਵੀ ਨਹੀਂ ਆਉਣਾ, ਤਾਂ ਇਸੇ ਕਰਕੇ ਕਹਿੰਦਾ ਟਾਈਮ ਸਿਰ ਹੀ ਤੁਸੀਂ ਜੇਕਰ ਕੰਮ ਕਰੋਗੇ ਤਾਂ ਨਰਮੇ ਦੀ ਫਸਲ ਦੇ ਨਾਲ ਸੰਬੰਧਿਤ ਤੁਹਾਡੇ ਨੀਚੇ ਕੀਤੇ ਹੋਏ ਸਾਰੇ ਸਵਾਲਾਂ ਦੇ ਮੈਂ ਜਵਾਬ ਦੇਣ ਦੇ ਜਿੰਨਾ ਕੁ ਸਮਰੱਥ ਹੋਇਆ ਉਹਦੇ ਮੈਂ ਆਨਸਰ ਜ਼ਰੂਰ ਦੇਵਾਂਗਾ। ਇਹਨਾਂ ਹੀ ਦਿਨਾਂ ਵਿੱਚ ਇੱਕ ਬੂਟੇ ਕਮਲਾਉਣ ਦੀ ਸਮੱਸਿਆ ਆਉਂਦੀ ਹੈ, ਜਿਹਨੂੰ ਬਿਲਟ ਕਹਿੰਦੇ ਹਾਂ ਆਪਾਂ, ਉਹ ਵੀ ਖੁਰਾਕ ਦੀ ਕਮੀ ਦੇ ਨਾਲ ਸੰਬੰਧਿਤ, ਅਤੇ ਜ਼ਮੀਨੀ ਹਕੀਕਤ ਹੈ ਇੱਕ ਕਿ ਜ਼ਮੀਨ ਦੇ ਵਿੱਚ ਜਦੋਂ ਤੁਸੀਂ ਸਾਰੀਆਂ ਚੀਜ਼ਾਂ ਕੱਢੀ ਹੀ ਜਾਂਦੇ ਹੋ, ਇਕੱਲੀਆਂ ਖਾਦਾਂ ਪਾ ਕੇ ਸਾਰ ਦਿੰਦੇ ਹਾਂ, ਤਾਂ ਉਦੋਂ ਬਹੁਤ ਬੜੀ ਮੁਸ਼ਕਲ ਹੁੰਦੀ ਹੈ ਕਿ ਉਸ ਜ਼ਮੀਨ ਨੂੰ ਹੌਲੀ ਹੌਲੀ ਕਮਜ਼ੋਰ ਹੋਣ ਲਈ ਅਸੀਂ ਮਜਬੂਰ ਕਰ ਦਿੰਦੇ ਹਾਂ। ਉਹਦੇ ਵਿੱਚ ਔਰਗੈਨਿਕ ਕਾਰਬਨ ਖਤਮ ਹੋ ਜਾਂਦੀ ਹੈ, ਜਿਹੜੀ ਕਿ ਸਾਰੇ ਮਿੱਟੀ ਦੀ ਸਾਰੇ ਖੇਤ ਦੀ ਜਾਨ ਆ, ਜਿਹਨੂੰ ਕਾਲਾ ਸੋਨੇ ਦੇ ਨਾਂ 'ਤੇ ਕਿਹਾ ਜਾਂਦਾ, ਕਾਲਾ ਸੋਨਾ ਆਪਣੇ ਲਈ। ਉਹ ਉਸ 'ਤੇ ਕੰਮ ਜ਼ਰੂਰ ਕਰਿਆ ਕਰੋ, ਹਰ ਕਿਸਾਨ ਆਪਣੇ ਖੇਤ ਦੀ ਮਿੱਟੀ ਟੈਸਟ ਕਰਵਾ ਕੇ ਔਰਗੈਨਿਕ ਕਾਰਬਨ ਦੀ ਮਾਤਰਾ ਉਹਦੇ ਵਿੱਚ ਬਰਕਰਾਰ ਰੱਖਣ, ਘੱਟੋ ਘੱਟ 0.75 ਹੋਣ।
सत्त पंज होवे घटदी वधदी रहिंदी आ हर फसल दे मुताबक। जिहड़े खेतां दे विच लगातार नरमे दी फसल हो रही है, किसान खुद ये अपना तजर्बा सांझा करदे रहिंदे आ कि जदों असीं नरमे दी फसल दे विच जां कणक नरमे दे चक्कर दे विच असीं सरों दी फसल नूं ऐड कर दिंदे आ जां गवारे नूं कट नरमे नूं कट करके गवारे दी फसल नूं ऐड कर दिंदे आ तां अगली वार साडी नरमे दी फसल चंगी हुंदी आ। उहदा आपां नूं सारिआं नूं पता वी होणी होणी आ, फसल दा बदल हो गया। पर जेकर तुसीं कणक नूं कट करके उत्थे जौं दी फसल लाओगे तां उस जगह दे विच नरमे दी फसल ज़्यादा चंगी होवेगी। जेकर तुसीं जौं दी फसल लैण तों बाद जौं दी सारी तूड़ी नूं खेत दे विच ही वाह दिओगे तां चंगे तरीके दे नाल तुसीं नरमे दी फसल दा मैनेजमेंट कर सकदे हो। इस तरीके नाल तुसीं 2-3 सालां दे विच अपनी जमीन नूं इन्नी कु ताकतवर कर लोगे कि जिन्नियां खादां दी वरतों तुसीं अज दे समें कर रहे हो वह तुहाडियां 40-50% ही रह जाणगियां ते फसल दा जुस्सा वधिया बणूगा। फोलियर स्प्रेहां नाल तुसीं कोई भी ताकत नरमे नूं दे सकदे हो। उहनां फोलियर स्प्रेहां दा रिजल्ट सिर्फ 200 ਘੰਟੇ ਤੱਕ ਮਸਾਂ ਹੀ ਹੁੰਦਾ, ਕਹਿਣ ਦਾ ਭਾਵ ਕਿ 10 ਦਿਨ ਤੱਕ ਦਾ ਮਸਾਂ ਰਿਜ਼ਲਟ ਹੁੰਦਾ ਜਿਹੜੀਆਂ ਆਪਾਂ ਉੱਪਰ ਸਪਰੇਹਾਂ ਕਰਦੇ ਹਾਂ ਤਾਕਤ ਵਾਲੀਆਂ, ਅਤੇ ਉਹ ਆਪਾਂ ਨੂੰ ਹਰ 8-10 ਦਿਨ ਬਾਅਦ ਰਿਪੀਟ ਕਰਨੀਆਂ ਪੈਂਦੀਆਂ। ਬਹੁਤੇ ਵੀਰ ਇੱਥੇ ਮੈਨੂੰ ਫੋਨ ਕਰਕੇ ਪੁੱਛਦੇ ਰਹਿੰਦੇ ਆ, ਵਟਸਐਪ 'ਤੇ ਮੈਸੇਜ ਕਰਦੇ, ਕਮੈਂਟਾਂ ਦੇ ਵਿੱਚ ਵੀ ਗੱਲ ਕਰਦੇ ਆ ਕਿ ਭਾਅ ਜੀ 13-0-45 ਅਸੀਂ ਇੱਕ ਸਪਰੇ ਹੋਰ ਕਰਦੀ, ਇੱਕ ਪਹਿਲਾਂ ਕਰਤੀ। ਦੇਖੋ 13-0-45 ਪੋਟਾਸ਼ੀਅਮ ਨਾਈਟ੍ਰੇਟ ਨਾ ਤਾਂ ਇਹ ਘਰੇ ਬਣ ਸਕਦੀ ਹੈ, ਇਹਦਾ ਤੁਸੀਂ ਗੱਲ ਕਾਟ ਹੀ ਮਾਰਦੇ ਹੋ। ਅਗਲੀ ਵੀਡੀਓ 'ਚ ਗੱਲ ਕਰਾਂਗਾ, ਜਿਹੜੀ ਫੰਗੀਸਾਈਡ ਵਾਲੀ ਵੀਡੀਓ ਆਪਣੀ ਆ ਰਹੀ ਆ ਉਸ ਦੇ ਵਿੱਚ ਡਿਟੇਲ ਦੇ ਵਿੱਚ ਗੱਲ ਹੋਈ ਹੋਈ ਹੈ। ਪਰ ਤੁਸੀਂ 13-0-45 ਸਪਰੇ ਅਤੇ 100 ਰੁਪਈਆ ਇੱਕ ਕਿੱਲੇ ਮਗਰ ਖਰਚਣ ਨੂੰ ਤਿਆਰ ਨਹੀਂ ਹੈਗੇ ਅਤੇ ਤੇਲੇ ਵਾਲੀਆਂ ਸਪਰੇਹਾਂ 'ਤੇ ਤੁਸੀਂ 800-800 ਰੁਪਈਆ ਖਰਚ ਕਰ ਰਹੇ ਹੋ, ਫੰਗੀਸਾਈਡ 'ਤੇ 1000 ਰੁਪਇਆ ਖਰਚ ਕਰ ਰਹੇ ਹੋ, ਉਹ ਤੁਹਾਡੇ ਇਹਨੂੰ ਤੁਹਾਨੂੰ ਕੋਈ ਸੈਟੀਸਫੈਕਸ਼ਨ ਨਹੀਂ ਦਿੰਦਾ ਹੈਗਾ। ਨਰਮੇ ਦੇ ਸਪਰੇਅ ਘੱਟ ਹੁੰਦੀ ਆ, ਆਪਣੇ ਦਿਮਾਗ ਦੇ ਵਿੱਚ ਸਪਰੇਅ ਜ਼ਿਆਦਾ ਹੋ ਜਾਂਦੀ ਹੈ ਵੀ ਆਪਾਂ ਕਰਤੀ ਤਸੱਲੀ ਜੀ ਹੋ ਜਾਂਦੀ ਹੈ। ਪਰ ਜਿਹੜੀਆਂ ਤਾਕਤ ਵਾਲੀਆਂ ਸਪਰੇਹਾਂ ਜੇ ਤੁਸੀਂ ਕੰਟੀਨਿਊਸਲੀ 4 ਹਫ਼ਤੇ 8-8 ਦਿਨਾਂ ਦੇ ਵਕਫੇ 'ਤੇ ਕਰਦੇ ਹੋ ਤਾਂ ਤੁਹਾਨੂੰ ਰਿਜ਼ਲਟ ਉਹਦਾ ਮਿਲਣਾ ਹੀ ਹੁੰਦਾ। ਕਈ ਫਸਲਾਂ ਏਰੀਏ ਮੁਤਾਬਕ ਮੌਸਮ ਮੁਤਾਬਕ ਲੇਟ ਫਲ ਚੱਕਦੀਆਂ, ਕੁਛ ਏਰੀਆ ਦੇ ਵਿੱਚ ਲੇਟ ਬੀਜੀਆਂ ਹੋਈਆਂ ਫਸਲਾਂ ਵੀ ਪਹਿਲਾਂ ਫਲ ਚੱਕਦੀਆਂ। ਆਪਣੀ ਫਸਲ ਨੂੰ ਆਪਣੇ ਦੇ ਪਿਛਲੇ ਸਾਲ ਨਾਲ ਮੁਕਾਬਲਾ ਕਰਾਓ, ਨਾ ਕਿ ਗਵਾਂਢੀ ਨਾਲ, ਨਾ ਕਿ ਕਿਸੇ ਹੋਰ ਏਰੀਏ ਦੀ ਫਸਲ ਦੇ ਨਾਲ। ਇੰਨੀ ਕੁ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ। ਇਸ ਤੋਂ ਇਲਾਵਾ ਜਿਹੜੇ ਵੀਰਾਂ ਦੇ ਨਰਮੇ ਰੇਤਲੇ ਵਾਹਣ 'ਚ ਲੱਗੇ ਹੋਏ ਆ ਉਹਨਾਂ ਦੇ ਵਿੱਚ ਖੁਰਾਕੀ ਤੱਤਾਂ ਦੀ ਜ਼ਿਆਦਾ ਕਮੀ ਆਉਂਦੀ ਆ, ਉੱਥੇ ਉਹ ਹਰ 5ਵੇਂ ਦਿਨ ਵੀ ਸਪਰੇਅ ਕਰ ਸਕਦੇ ਆ ਜਿਹੜੀ ਕਿ ਤਾਕਤ ਵਾਲੀ ਹੋਵੇ। ਦਲਾਲ ਘੋਲ ਦੀਆਂ 2 ਸਪਰੇਹਾਂ ਤੁਸੀਂ ਕਰ ਸਕਦੇ ਹੋ ਮੀਂਹ ਪੈਣ ਤੋਂ ਬਾਅਦ ਤਾਂ ਕਿ ਬੂਕੀ ਡਿੱਗੇ ਨਾ। ਪੋਟਾਸ਼ ਦੀ ਸਪਰੇਅ ਦਾ ਰਿਜ਼ਲਟ ਟੀਂਡੇ ਦੀ ਬਣਤਰ ਦੇ ਵਿੱਚ ਹੁੰਦਾ, ਸਲਫਰ ਦੀ ਸਪਰੇਅ ਦਾ ਰਿਜ਼ਲਟ ਟੀਂਡੇ ਦੇ ਵਿੱਚ ਬਣ ਰਹੇ ਬੜੇਵੇਂ ਦੇ ਤੇਲ ਦੀ ਮਾਤਰਾ ਨੂੰ ਵਧਾਉਣ ਦੇ ਲਈ ਹੁੰਦਾ। ਅਤੇ ਜਿਹੜੀ ਤੁਸੀਂ ਸਪਰੇਅ ਹੋਰ ਤਾਕਤ ਵਾਲੀਆਂ ਕਰ ਰਹੇ ਹੋ ਮਾਰਕੀਟ ਦੇ ਵਿੱਚੋਂ, ਨੈਨੋ ਜਿੰਕ ਲੈ ਲਿਆ, ਨੈਨੋ ਪੋਟਾਸ਼ ਲੈ ਲਈ, ਹੋਰ ਮਿਕਸਚਰ ਤੱਤ ਆ ਰਹੇ ਆ, ਉਹਨਾਂ ਦਾ ਰਿਜ਼ਲਟ ਬਹੁਤ ਘੱਟ ਆ ਅਤੇ ਸਿਰਫ ਹਰਾ ਭਰਾ ਕਰਨਾ ਹੀ ਫਸਲ ਨੂੰ ਰਿਜ਼ਲਟ ਨਹੀਂ ਹੁੰਦਾ। ਫਸਲ ਦੇ ਵਿੱਚ ਸਡੋਲਪਣ ਦਿਖੇ, ਫਸਲ ਦੇ ਵਿੱਚ ਟੀਂਡੇ ਦੇ ਵਿੱਚ ਵੇਟ ਦਿਖੇ। ਤੁਸੀਂ ਟੀਂਡੇ ਦੀ 1 ਫੁੱਟੀ ਦੇ ਵਿੱਚੋਂ ਦੇਖੋ ਬੜੇਵੇਂ ਕਿੰਨੇ ਆ, 5 ਤੋਂ ਲੈ ਕੇ 9 ਬੜੇਵਿਆਂ ਤੱਕ ਮੈਂ ਕਾਊਂਟ ਕੀਤੇ ਆ ਹੁਣ ਤੱਕ। ਪਰ ਤੁਸੀਂ ਆਪਣੇ ਨਰਮੇ ਦੀ ਸਿਹਤ ਮੁਤਾਬਕ ਦੇਖ ਸਕਦੇ ਹੋ ਵੀ ਤੁਹਾਨੂੰ ਕੀਤੀ ਹੋਈ ਮਿਹਨਤ ਦਾ ਤੁਹਾਨੂੰ ਫਲ ਮਿਲਿਆ ਜਾਂ ਨਹੀਂ ਮਿਲਿਆ। 3 ਮਹੀਨੇ ਤੱਕ ਹਰ ਖੇਤ ਦੇ ਵਿੱਚ ਨਰਮੇ ਦੀ ਫਸਲ ਲਗਭਗ ਸੋਹਣੀ ਹੀ ਹੁੰਦੀ ਹੈ, ਪਰ ਜਦੋਂ ਪੂਰੇ ਜਵਾਨੀ ਚੜ੍ਹਦੀ ਹੈ ਨਰਮੇ ਨੂੰ, ਪੂਰੀ ਫੁੱਲ ਬੂਕੀ ਆਉਣ ਲੱਗਦੀ ਹੈ, ਟੀਂਡੇ ਬਣਨ ਲੱਗਦੇ ਆ, ਉਦੋਂ ਜਦੋਂ ਭਾਰੀ ਬਾਰਿਸ਼ ਹੁੰਦੀ ਹੈ ਉਸ ਤੋਂ ਬਾਅਦ ਹੀ ਅਸਲੀ ਪੇਪਰ ਨਰਮੇ ਦੇ ਸ਼ੁਰੂ ਹੁੰਦੇ ਆ। ਜਦੋਂ ਲਗਾਤਾਰ ਇਹ 15 ਦਿਨ ਦੇ ਵਕਫੇ ਦੇ 2 ਭਾਰੀਆਂ ਵਰਖਾ ਹੋ ਜਾਂਦੀਆਂ ਤਾਂ ਤੁਹਾਡੇ ਖੇਤ ਦੇ ਵਿੱਚ ਪਾਣੀ ਖੜ੍ਹ ਕੇ ਜੀਰਦਾ ਭਾਵੇਂ ਗਵਾਂਢੀਆਂ ਦੇ ਖੇਤ ਦੇ ਵਿੱਚ ਨਿਕਲ ਜਾਂਦਾ ਤਾਂ ਤੁਹਾਡੇ ਖੇਤ ਦੀ ਬਹੁਤ ਜ਼ਿਆਦਾ ਔਰਗੈਨਿਕ ਕਾਰਬਨ ਵੀ ਲੂਜ਼ ਹੁੰਦੀ ਆ, ਬਾਕੀ ਖੁਰਾਕੀ ਤੱਤਾਂ ਦੇ ਵਿੱਚ ਵੀ ਕਮੀ ਆਉਂਦੀ ਹੈ। ਜਿਹੜੇ ਇੱਥੇ ਆਪਦੇ ਪੈਸੇ ਬਚਾਉਂਦੇ ਆ, ਖੁਰਾਕੀ ਤੱਤ ਨਹੀਂ ਪੂਰੇ ਕਰਦੇ ਹੈਗੇ ਫਸਲ ਦੇ, ਉਹਨਾਂ ਦੇ ਫਸਲ ਦੇ ਉੱਪਰ ਭਾਵੇਂ ਤੁਸੀਂ ਕੋਈ ਮਰਜ਼ੀ ਫੰਗੀਸਾਈਡ ਕਰ ਦਿਓ, 2 ਵਾਰ ਕਰ ਦਿਓ, 4 ਵਾਰ ਕਰ ਦਿਓ, ਉਹ ਫਸਲ ਦੇ ਵਿੱਚ ਝਾੜ ਦੇ ਵਿੱਚ ਵਾਧਾ ਨਹੀਂ ਕਰ ਸਕਦਾ। ਉਹ ਫਸਲ ਨੂੰ ਹਰਾ ਭਰਾ ਜ਼ਰੂਰ ਰੱਖ ਸਕਦਾ, ਤੰਦਰੁਸਤ ਰੱਖ ਸਕਦਾ, ਪਰ ਤੰਦਰੁਸਤ ਇਕੱਲਾ ਤੰਦਰੁਸਤ ਰਹਿਣਾ ਹੀ ਤੰਦਰੁਸਤ ਨਹੀਂ ਹੁੰਦਾ, ਉਹਨੂੰ ਤੰਦਰੁਸਤ ਖੁਰਾਕ ਦਿੰਦੇ ਰਹਿਣਾ ਵੀ ਉਹਦੇ ਵਿੱਚ ਫਰੂਟ ਦੇ ਵਿੱਚ ਬੋਲਡਨੈਸ ਲੈ ਕੇ ਆਊਗਾ। ਜਿਹੜਾ ਕੁਆਲਿਟੀ ਦਾ ਟੀਂਡਾ ਬਣਨਾ ਹੈਗਾ ਉਸ ਦੇ ਵਿੱਚ ਉਹੀ ਯੋਗਦਾਨ ਪਾਊਗਾ। ਇੰਨੀ ਕੁ ਗੱਲ ਕਰਦਾ ਹੋਇਆ ਤੁਹਾਡੇ ਨਾਲ ਮੈਂ ਵੀਡੀਓ ਨੂੰ ਖਤਮ ਕਰ ਰਿਹਾ, ਅਤੇ ਫੰਗੀਸਾਈਡ ਦੀ ਵੀਡੀਓ ਅਗਲੀ ਵੀਡੀਓ ਮੈਂ ਅੱਜ ਹੀ ਅਪਲੋਡ ਕਰ ਰਿਹਾ, ਉਹ ਜ਼ਰੂਰ ਸਾਰੇ ਕਿਸਾਨ ਭਰਾ ਦੇਖ ਲੈਣ। ਇਹ ਵੀਡੀਓ ਥੋੜ੍ਹੀ ਜਿਹੀ ਕਾਲੀ ਦੇ ਵਿੱਚ ਬਣਾ ਰਿਹਾ ਸੀ ਕਿਉਂਕਿ ਇਹ ਬਹੁਤ ਜ਼ਿਆਦਾ ਕਿਸਾਨਾਂ ਦੇ ਫੋਨ ਆ ਰਹੇ ਸੀਗੇ। ਸੋ ਇੰਨੀ ਕੁ ਗੱਲ ਕਹਿੰਦਾ ਹੋਇਆ ਧੰਨਵਾਦ, ਬਾਕੀ ਸਾਰੀ ਵੀਡੀਓ ਅਗਲੀ 'ਚ ਗੱਲਬਾਤ ਕਰਦੇ ਹਾਂ। ਧੰਨਵਾਦ ਜੀ।